ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ। ਨਿਊਜ਼ ਟੀ ਵੀ 11.com ਨੂੰ ਤੁਸੀਂ ਸਬਸਕ੍ਰਾਈਬ ਕਰੋ। ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਵੱਲੋਂ ਹਿੰਦੂਆਂ ਦੇ ਖਿਲਾਫ ਦਿੱਤੇ ਗਏ ਵਿਵਾਦਿਤ ਬਿਆਨ ਨਾਲ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਵੱਖ ਵੱਖ ਸੰਗਠਨਾਂ ਨਾਲ ਸੰਬੰਧਿਤ ਹਿੰਦੂਆਂ ਨੇ ਇਕੱਠੇ ਹੋ ਕੇ ਮੁਹੰਮਦ ਮੁਸਤਫਾ ਦਾ ਪੁਤਲਾ ਫੂਕਿਆ। ਇਸ ਮੌਕੇ ਹਿੰਦੂ ਸੰਗਠਨਾਂ ਨੇ ਮੌਜੂਦਾ ਅਤੇ ਸਾਬਕਾ ਵਿਧਾਇਕ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਇਸ ਮਾਮਲੇ ਵਿੱਚ ਧਿਆਨ ਨਾ ਦਿੱਤਾ ਤਾਂ ਉਹ ਸਾਡੇ ਕੋਲੋਂ ਵੋਟਾਂ ਮੰਗਣ ਦੇ ਹੱਕਦਾਰ ਵੀ ਨਹੀਂ ਹਨ। ਅੱਜ ਇੰਨੇ ਕੁ ਬਲਬਲੇ ਨੇ, ਇੰਨਾ ਕੁ ਦਰਦ ਹੈ ਔਰ ਉਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੈਨੂੰ ਇਹ ਸਮਝ ਨਹੀਂ ਆਉਂਦੀ, ਅਗਰ ਮਨੀ ਸ਼ੰਕਰ ਜੀ ਪਾਕਿਸਤਾਨ ਜਾਂਦਾ ਹੈ ਅਤੇ ਕਹਿੰਦਾ ਜੀ ਇਸ ਮੁਲਕ ਨੂੰ ਹਿੰਦੂਆਂ ਤੋਂ ਖਤਰਾ ਹੈ, ਅਗਰ ਅੰਬਿਕਾ ਸੋਨੀ ਮੈਡਮ ਬੋਲਦੀ ਹੈ ਅਤੇ ਉਹ ਕਹਿੰਦਾ ਵੀ ਇਹਨੇ ਹਿੰਦੂ ਚਿਹਰਾ ਨਹੀਂ ਚਾਹੀਦਾ, ਅਗਰ ਉਸ ਤੋਂ ਬਾਅਦ ਦਿਗਵਿਜ ਸਿੰਘ ਕਹਿੰਦਾ ਅਤੇ ਉਹ ਕਹਿੰਦਾ ਭਗਵਾ ਆਤੰਕਵਾਦ ਹੈ। ਉਹ ਗੱਲ ਸੁਣੋ, ਜੇ ਤੁਹਾਨੂੰ ਇੰਨਾ ਹੀ ਡਰ ਲੱਗਦਾ ਹਿੰਦੂਆਂ ਕੋਲੋਂ ਤਾਂ ਸਾਡੇ ਕੋਲੋਂ ਵੋਟਾਂ ਕਾਹਨੂੰ ਮੰਗਣ ਆਉਂਦੇ ਹੋ, ਪਹਿਲੀ ਗੱਲ। ਦੂਸਰੀ ਗੱਲ ਹੈ, ਜਿਹੜਾ ਮੁਹੰਮਦ ਮੁਸਤਫਾ ਹੈ ਉਸ ਦੀ ਇਨਵੈਸਟੀਗੇਸ਼ਨ ਕਰਾਈ ਜਾਏ ਕਿ ਜਦੋਂ ਗੁਰਦਾਸਪੁਰ 'ਚ ਐੱਸ ਐੱਸ ਪੀ ਮੌਜੂਦ ਸੀ ਉਹਨਾਂ ਨੇ ਬਾਰਡਰ ਪਾਰ ਤੋਂ ਕਿੰਨੇ ਮੁਹੰਮਦ ਨੂੰ ਲਿਆ ਕੇ ਇੱਥੇ ਵਸਾਇਆ, ਇਨਕੁਆਇਰੀ ਦਾ ਵਿਸ਼ਾ ਹੈ। ਮੈਂ NIA ਔਰ ਰਾਹ ਇੰਟੈਲੀਜੈਂਸ ਤੋਂ ਮੰਗ ਕਰਨਾ ਸੈਂਟਰ ਕੋਲੋਂ ਖਾਸ ਕਰਕੇ ਕਿ ਇਹਨਾਂ ਲੋਕਾਂ ਨੇ ਜਿੰਨਾ ਸਾਨੂੰ ਇਹ ਕਾਲੀਆਂ ਬਿੱਲੀਆਂ ਨੁਕਸਾਨ ਪਹੁੰਚਾਇਆ ਕਿਸੇ ਨੇ ਪਹੁੰਚਾਇਆ। ਦੂਸਰੀ ਗੱਲ ਹੈ, ਅੱਜ ਪੋਲੀਟੀਕਲ ਪਾਰਟੀਆਂ ਇਸ ਏਜੰਡੇ ਨੂੰ ਕੈਸ਼ ਕਰਾਉਣਾ ਚਾਹੁੰਦੀਆਂ। ਅਸੀਂ ਸਾਫ਼ ਕਹਿਤਾ ਅਗਰ ਸਾਡੇ ਮੌਜੂਦਾ MLA ਜਿਹੜੇ ਕਿ ਸਾਰੇ ਗੁਰਦਾਸਪੁਰ ਦੇ ਨੇ, ਸਾਡੇ ਮੌਜੂਦਾ MC 29 ਹੋਣ ਵਾਲੇ ਅਤੇ ਐਕਸ MC ਅਤੇ ਐਕਸ MLA, ਅੱਜ ਉਹਨਾਂ ਦੀ ਆਵਾਜ਼ ਕਿਉਂ ਨਹੀਂ ਨਿਕਲਦੀ? ਅਗਰ ਇਹਨਾਂ ਨੂੰ ਸਾਡੀਆਂ ਵੋਟਾਂ ਚਾਹੀਦੀਆਂ, ਸਾਡਾ ਇਹ ਕੋਈ ਪਲੇਟਫਾਰਮ ਨਹੀਂ ਪੋਲੀਟੀਕਲ, ਨੋਨ ਪੋਲੀਟੀਕਲ ਫੰਡ ਹੈ। ਸਾਡੇ ਮੋਨਾ ਜੀ, ਓਮ ਪ੍ਰਕਾਸ਼ ਜੀ ਔਰ ਬਹੁਤ, ਮੈਂ ਪਵਨ ਜੀ ਸ਼ਰਮਾ ਜੀ ਨੇ ਅੰਥਕ ਮਿਹਨਤ ਕੀਤੀ, ਵਿਕਾਸ ਮਹਾਜਨ ਜੀ ਨਾਂ ਨਹੀਂ ਲੈਣਾ। ਮੈਂ ਇੱਕ ਹੀ ਡਿਮਾਂਡ ਕਰਨਾ ਕਿ ਸਾਡੇ ਮੌਜੂਦਾ MLA ਆਪਣੇ ਲੈਟਰ ਪੈਡ 'ਤੇ ਪਾ ਕੇ ਡਿਮਾਂਡ ਕਰ ਦੇਣ ਆਪਣੇ ਪਾਰਟੀ ਪ੍ਰਧਾਨ ਕੋਲੋਂ ਕਿ ਸਿੱਧੂ ਦਾ ਅਸਤੀਫਾ ਲਿਆ ਜਾਏ, ਚੰਨੀ ਦਾ ਅਸਤੀਫਾ ਲਿਆ ਜਾਏ ਔਰ ਸਾਡੇ ਲੱਕ ਜ਼ਖਮਾਂ 'ਤੇ ਮਲ ਮਲਾਉਣੀ ਹੈ ਅਤੇ ਉਸ ਬੰਦੇ ਨੂੰ ਅਗਰ ਹਫ਼ਤੇ ਅੰਦਰ ਅਰੈਸਟ ਨਾ ਕੀਤਾ ਗਿਆ ਤਾਂ ਇਹ ਜਿਹੜਾ ਹਿੰਦੂਆਂ ਦਾ ਕ੍ਰੋਸ਼ ਸੜਕਾਂ 'ਤੇ ਆ ਜਾਏਗਾ, ਅਸੀਂ ਮਲੇਰਕੋਟ ਲਈ ਜਾਣ ਨੂੰ ਤਿਆਰ ਹੋਵਾਂਗੇ ਜੀ। ਅੱਜ ਦਾ ਸੰਘਰਸ਼ ਨੋਨ ਪੋਲੀਟੀਕਲ ਸੀ, ਜਿੰਨੀਆਂ ਵੀ ਰਿਲੀਜਸ, ਜਿੰਨੀਆਂ ਵੀ ਸੋਸ਼ਲ ਐਡਵੋਕੇਟਸ ਔਰ ਜਿੰਨੀਆਂ ਵੀ